ਦੇਖੋ ਮੈਂ ਦੁਬਾਰਾ ਇੱਕ ਵਾਰੀ ਹੱਥ ਜੋੜ ਕੇ ਸਾਰੇ ਲੁਧਿਆਣੇ ਵਾਸੀਆਂ ਨੂੰ ਬੇਨਤੀ ਕਰਦਾ ਵੀ ਜੋ ਕਾਰਪੋਰੇਸ਼ਨ ਦੇ ਵਿੱਚ ਲੁੱਟ ਮਾਰ ਚੱਲ ਰਹੀ ਆ, ਕੋਈ ਕੰਮ ਨਹੀਂ ਹੋ ਰਿਹਾ ਕਿਸੇ ਦਾ, ਸਾਰੇ ਸ਼ਹਿਰ 'ਚ ਗੰਦ ਫੈਲਿਆ ਪਿਆ, ਬੁਰੇ ਹਾਲ ਨੇ, ਕੋਈ ਸੜਕ ਨਹੀਂ, ਕੋਈ ਨਾਲੀ, ਕੋਈ ਸੀਵਰੇਜ, ਸਭ ਤਹਿਸ ਨਹਿਸ ਆ, ਕਿਸੇ ਦੀ NOC ਨਹੀਂ, ਕਿਸੇ ਦਾ ਕੋਈ ਨੀਲਾ ਕਾਰਡ ਨਹੀਂ, ਕਿਸੇ ਦੀ ਕੋਈ ਮੋਹਰਾਂ, ਕੁਛ ਨਹੀਂ, ਸਿਰਫ ਲੁੱਟ ਮੱਚ ਰਹੀ ਆ। ਉਹਨੂੰ ਬੰਦ ਕਰਨ ਲਈ, ਉਸ ਲੁੱਟ ਨੂੰ ਖਤਮ ਕਰਨ ਲਈ ਸਵੇਰੇ ਆਪਾਂ ਇਹ ਜ਼ੋਨ 11 ਵਜੇ ਮਿਊਂਸੀਪਲ ਕਾਰਪੋਰੇਸ਼ਨ ਦੇ ਦਫ਼ਤਰ ਤੇ ਪਹੁੰਚੀਏ ਤੇ ਉਹਨਾਂ ਦੇ ਤਾਲੇ ਜਿਹੜੀ ਹੈ, ਕਿਉਂਕਿ ਉੱਥੇ ਕੁਛ ਕੰਮ ਤਾਂ ਹੋ ਨਹੀਂ ਰਿਹਾ, ਉੱਥੇ ਸਿਰਫ ਪੈਸੇ ਬਣਾਏ ਜਾ ਰਹੇ ਆ, ਤੇ ਉਹਨੂੰ ਬੰਦ ਕਰਨ ਲਈ ਸਵੇਰੇ 11 ਵਜੇ ਆਪਾਂ ਪਹੁੰਚੀਏ ਤੇ ਉੱਥੇ ਤਾਲੇ ਜੜ ਕੇ ਇਹ ਸਰਕਾਰ ਦੇ ਮੂੰਹ ਤੋੜ ਜਵਾਬ ਇਹਨਾਂ ਨੂੰ ਦਈਏ, ਇਹਨਾਂ ਨੂੰ ਜਗਾਈਏ ਵੀ ਇਹ ਸਰਕਾਰ ਲੋਕਾਂ ਨੇ ਲੋਕਾਂ ਲਈ ਬਣਾਈ ਸੀ, ਤੁਹਾਡੇ ਲੁੱਟਣ ਲਈ ਨਹੀਂ। ਧੰਨਵਾਦ। ਦੇਖੋ ਮੈਂ ਦੁਬਾਰਾ ਇੱਕ ਵਾਰੀ ਹੱਥ ਜੋੜ ਕੇ ਸਾਰੇ ਲੁਧਿਆਣੇ ਵਾਸੀਆਂ ਨੂੰ ਬੇਨਤੀ ਕਰਦਾ ਵੀ ਜੋ ਕਾਰਪੋਰੇਸ਼ਨ ਦੇ ਵਿੱਚ ਲੁੱਟ ਮਾਰ ਚੱਲ ਰਹੀ ਆ, ਕੋਈ ਕੰਮ ਨਹੀਂ ਹੋ ਰਿਹਾ ਕਿਸੇ ਦਾ, ਸਾਰੇ ਸ਼ਹਿਰ 'ਚ ਗੰਦ ਫੈਲਿਆ ਪਿਆ, ਬੁਰੇ ਹਾਲ ਨੇ, ਕੋਈ ਸੜਕ ਨਹੀਂ, ਕੋਈ ਨਾਲੀ, ਕੋਈ ਸੀਵਰੇਜ, ਸਭ ਤਹਿਸ ਨਹਿਸ ਆ, ਕਿਸੇ ਦੀ NOC ਨਹੀਂ, ਕਿਸੇ ਦਾ ਕੋਈ ਨੀਲਾ ਕਾਰਡ ਨਹੀਂ, ਕਿਸੇ ਦੀ ਕੋਈ ਮੋਹਰਾਂ, ਕੁਛ ਨਹੀਂ, ਸਿਰਫ ਲੁੱਟ ਮੱਚ ਰਹੀ ਆ। ਉਹਨੂੰ ਬੰਦ ਕਰਨ ਲਈ, ਉਸ ਲੁੱਟ ਨੂੰ ਖਤਮ ਕਰਨ ਲਈ ਸਵੇਰੇ ਆਪਾਂ ਇਹ ਜ਼ੋਨ 11 ਵਜੇ ਮਿਊਂਸੀਪਲ ਕਾਰਪੋਰੇਸ਼ਨ ਦੇ ਦਫ਼ਤਰ ਤੇ ਪਹੁੰਚੀਏ ਤੇ ਉਹਨਾਂ ਦੇ ਤਾਲੇ ਜਿਹੜੀ ਹੈ, ਕਿਉਂਕਿ ਉੱਥੇ ਕੁਛ ਕੰਮ ਤਾਂ ਹੋ ਨਹੀਂ ਰਿਹਾ, ਉੱਥੇ ਸਿਰਫ ਪੈਸੇ ਬਣਾਏ ਜਾ ਰਹੇ ਆ, ਤੇ ਉਹਨੂੰ ਬੰਦ ਕਰਨ ਲਈ ਸਵੇਰੇ 11 ਵਜੇ ਆਪਾਂ ਪਹੁੰਚੀਏ ਤੇ ਉੱਥੇ ਤਾਲੇ ਜੜ ਕੇ ਇਹ ਸਰਕਾਰ ਦੇ ਮੂੰਹ ਤੋੜ ਜਵਾਬ ਇਹਨਾਂ ਨੂੰ ਦਈਏ, ਇਹਨਾਂ ਨੂੰ ਜਗਾਈਏ ਵੀ ਇਹ ਸਰਕਾਰ ਲੋਕਾਂ ਨੇ ਲੋਕਾਂ ਲਈ ਬਣਾਈ ਸੀ, ਤੁਹਾਡੇ ਲੁੱਟਣ ਲਈ ਨਹੀਂ। ਧੰਨਵਾਦ। ਦੇਖੋ ਮੈਂ ਦੁਬਾਰਾ ਇੱਕ ਵਾਰੀ ਹੱਥ ਜੋੜ ਕੇ ਸਾਰੇ ਲੁਧਿਆਣੇ ਵਾਸੀਆਂ ਨੂੰ ਬੇਨਤੀ ਕਰਦਾ ਵੀ ਜੋ ਕਾਰਪੋਰੇਸ਼ਨ ਦੇ ਵਿੱਚ ਲੁੱਟ ਮਾਰ ਚੱਲ ਰਹੀ ਆ, ਕੋਈ ਕੰਮ ਨਹੀਂ ਹੋ ਰਿਹਾ ਕਿਸੇ ਦਾ, ਸਾਰੇ ਸ਼ਹਿਰ 'ਚ ਗੰਦ ਫੈਲਿਆ ਪਿਆ, ਬੁਰੇ ਹਾਲ ਨੇ, ਕੋਈ ਸੜਕ ਨਹੀਂ, ਕੋਈ ਨਾਲੀ, ਕੋਈ ਸੀਵਰੇਜ, ਸਭ ਤਹਿਸ ਨਹਿਸ ਆ, ਕਿਸੇ ਦੀ NOC ਨਹੀਂ, ਕਿਸੇ ਦਾ ਕੋਈ ਨੀਲਾ ਕਾਰਡ ਨਹੀਂ, ਕਿਸੇ ਦੀ ਕੋਈ ਮੋਹਰਾਂ, ਕੁਛ ਨਹੀਂ, ਸਿਰਫ ਲੁੱਟ ਮੱਚ ਰਹੀ ਆ। ਉਹਨੂੰ ਬੰਦ ਕਰਨ ਲਈ, ਉਸ ਲੁੱਟ ਨੂੰ ਖਤਮ ਕਰਨ ਲਈ ਸਵੇਰੇ ਆਪਾਂ ਇਹ ਜ਼ੋਨ 11 ਵਜੇ ਮਿਊਂਸੀਪਲ ਕਾਰਪੋਰੇਸ਼ਨ ਦੇ ਦਫ਼ਤਰ ਤੇ ਪਹੁੰਚੀਏ ਤੇ ਉਹਨਾਂ ਦੇ ਤਾਲੇ ਜਿਹੜੀ ਹੈ, ਕਿਉਂਕਿ ਉੱਥੇ ਕੁਛ ਕੰਮ ਤਾਂ ਹੋ ਨਹੀਂ ਰਿਹਾ, ਉੱਥੇ ਸਿਰਫ ਪੈਸੇ ਬਣਾਏ ਜਾ ਰਹੇ ਆ, ਤੇ ਉਹਨੂੰ ਬੰਦ ਕਰਨ ਲਈ ਸਵੇਰੇ 11 ਵਜੇ ਆਪਾਂ ਪਹੁੰਚੀਏ ਤੇ ਉੱਥੇ ਤਾਲੇ ਜੜ ਕੇ ਇਹ ਸਰਕਾਰ ਦੇ ਮੂੰਹ ਤੋੜ ਜਵਾਬ ਇਹਨਾਂ ਨੂੰ ਦਈਏ, ਇਹਨਾਂ ਨੂੰ ਜਗਾਈਏ ਵੀ ਇਹ ਸਰਕਾਰ ਲੋਕਾਂ ਨੇ ਲੋਕਾਂ ਲਈ ਬਣਾਈ ਸੀ, ਤੁਹਾਡੇ ਲੁੱਟਣ ਲਈ ਨਹੀਂ। ਧੰਨਵਾਦ। ਦੇਖੋ ਮੈਂ ਦੁਬਾਰਾ ਇੱਕ ਵਾਰੀ ਹੱਥ ਜੋੜ ਕੇ ਸਾਰੇ ਲੁਧਿਆਣੇ ਵਾਸੀਆਂ ਨੂੰ ਬੇਨਤੀ ਕਰਦਾ ਵੀ ਜੋ ਕਾਰਪੋਰੇਸ਼ਨ ਦੇ ਵਿੱਚ ਲੁੱਟ ਮਾਰ ਚੱਲ ਰਹੀ ਆ, ਕੋਈ ਕੰਮ ਨਹੀਂ ਹੋ ਰਿਹਾ ਕਿਸੇ ਦਾ, ਸਾਰੇ ਸ਼ਹਿਰ 'ਚ ਗੰਦ ਫੈਲਿਆ ਪਿਆ, ਬੁਰੇ ਹਾਲ ਨੇ, ਕੋਈ ਸੜਕ ਨਹੀਂ, ਕੋਈ ਨਾਲੀ, ਕੋਈ ਸੀਵਰੇਜ, ਸਭ ਤਹਿਸ ਨਹਿਸ ਆ, ਕਿਸੇ ਦੀ NOC ਨਹੀਂ, ਕਿਸੇ ਦਾ ਕੋਈ ਨੀਲਾ ਕਾਰਡ ਨਹੀਂ, ਕਿਸੇ ਦੀ ਕੋਈ ਮੋਹਰਾਂ, ਕੁਛ ਨਹੀਂ, ਸਿਰਫ ਲੁੱਟ ਮੱਚ ਰਹੀ ਆ। ਉਹਨੂੰ ਬੰਦ ਕਰਨ ਲਈ, ਉਸ ਲੁੱਟ ਨੂੰ ਖਤਮ ਕਰਨ ਲਈ ਸਵੇਰੇ ਆਪਾਂ ਇਹ ਜ਼ੋਨ 11 ਵਜੇ ਮਿਊਂਸੀਪਲ ਕਾਰਪੋਰੇਸ਼ਨ ਦੇ ਦਫ਼ਤਰ ਤੇ ਪਹੁੰਚੀਏ ਤੇ ਉਹਨਾਂ ਦੇ ਤਾਲੇ ਜਿਹੜੀ ਹੈ, ਕਿਉਂਕਿ ਉੱਥੇ ਕੁਛ ਕੰਮ ਤਾਂ ਹੋ ਨਹੀਂ ਰਿਹਾ, ਉੱਥੇ ਸਿਰਫ ਪੈਸੇ ਬਣਾਏ ਜਾ ਰਹੇ ਆ, ਤੇ ਉਹਨੂੰ ਬੰਦ ਕਰਨ ਲਈ ਸਵੇਰੇ 11 ਵਜੇ ਆਪਾਂ ਪਹੁੰਚੀਏ ਤੇ ਉੱਥੇ ਤਾਲੇ ਜੜ ਕੇ ਇਹ ਸਰਕਾਰ ਦੇ ਮੂੰਹ ਤੋੜ ਜਵਾਬ ਇਹਨਾਂ ਨੂੰ ਦਈਏ, ਇਹਨਾਂ ਨੂੰ ਜਗਾਈਏ ਵੀ ਇਹ ਸਰਕਾਰ ਲੋਕਾਂ ਨੇ ਲੋਕਾਂ ਲਈ ਬਣਾਈ ਸੀ, ਤੁਹਾਡੇ ਲੁੱਟਣ ਲਈ ਨਹੀਂ। ਧੰਨਵਾਦ।